YouTube ਚੈਨਲ ਸ਼ੈਰੀ ਘੁੰਮਣ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਅਤੇ ਆਪਾਂ ਐਮਾਜ਼ੋਨ ਤੋਂ ਨਾ ਇੱਕ ਪਾਰਸਲ ਔਡਰ ਕੀਤਾ ਸੀ, ਤੁਹਾਡੇ ਕੋਲ ਪਹੁੰਚ ਚੁੱਕਾ ਵਾ। ਇਹ ਪਾਰਸਲ ਦੇ ਵਿੱਚ ਕੀ ਹੈਗਾ ਵਾ ਅਤੇ ਇੱਕ ਸਰਪ੍ਰਾਈਜ਼ ਹੈਗਾ ਵਾ ਅਤੇ ਤੁਹਾਨੂੰ ਸਾਰਿਆਂ ਨੂੰ ਅੱਜ ਵੀਡੀਓ ਵਿਖਾਵਾਂਗੇ ਅਤੇ ਨਾਲੇ ਜਿਹੜੀ ਚੀਜ਼ ਉਹਨੂੰ ਅਨਬੋਕਸਿੰਗ ਕਰਕੇ ਵਿਖਾਵਾਂਗੇ ਉਹ ਚੀਜ਼ ਹੈਗੀ। ਅਤੇ ਤੁਸੀਂ ਸਾਰੇ ਵੀਡੀਓ ਦੇ ਨਾਲ ਬਣੇ ਰਹੋ, ਚੰਗੀ ਲੱਗੂਗੀ ਅਤੇ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਜੋ ਅੱਗੇ ਤੋਂ ਵੀ ਤੁਹਾਨੂੰ ਵੀਡੀਓ ਜਿਹੜੀਆਂ ਇੱਦਾਂ ਦੀਆਂ ਵਾ ਪਾ ਸਕੀਏ। ਅਤੇ ਆ ਜਾਓ ਫਿਰ ਇਹਨੂੰ ਖੋਲਦੇ ਹਾਂ, ਇਹਦੇ ਵਿੱਚ ਕੀ ਹੈਗਾ ਅਤੇ ਚੈੱਕ ਕਰਾਉਂਦੇ ਹਾਂ। ਤੁਹਾਨੂੰ ਕਰ ਸਕਦੇ ਹੋ ਇਹਦੇ ਉੱਤੇ ਐਮਾਜ਼ੋਨ ਦੀਆਂ ਹਨ ਜਿਹੜੀਆਂ ਵਾ ਉਹ ਲਿਖੀਆਂ ਹੋਈਆਂ ਉਹਦਾ ਇੱਦਾਂ। ਇਹਨੂੰ ਹੁਣ ਆਪਾਂ ਖੋਲ ਕੇ ਦੇਖਾਂਗੇ ਕਿ ਇਹਦੇ ਵਿੱਚ ਹੈ ਕੀ। ਮੈਨੂੰ ਤਾਂ ਵੈਸੇ ਪਤਾ ਕੀ ਹੈ, ਤੁਹਾਨੂੰ ਅੱਗੇ ਆ ਜੀ ਇਹ ਪਾਰਸਲ ਖੋਲਣ ਅਤੇ ਇਹਦੇ ਵਿੱਚ ਕੀ ਹੈਗਾ ਵਾ ਅਤੇ ਇਹ ਤੁਹਾਨੂੰ ਵਿਖਾਵਾਂਗੇ ਖੋਲ ਕੇ। ਅਤੇ ਆਲੂ ਦੀ ਪੈਕਿੰਗ ਨੂੰ ਕਰਦੇ ਹਾਂ ਓਪਨ ਅਤੇ ਆਪਾਂ ਇਹਨੂੰ ਇਹ ਹੈਗਾ ਜੀ ਐਮਾਜ਼ੋਨ ਦਾ ਬਿੱਲ ਜਿਹੜਾ ਇਹਦੇ ਵਿੱਚੋਂ ਨਿਕਲਿਆ ਹੈਗਾ। ਇਹਦੇ ਵਿੱਚ ਜਿਹੜਾ ਸਰਪ੍ਰਾਈਜ਼ ਹੈਗਾ ਸਾਡਾ ਉਹ ਹੈਗਾ ਜੀ ਰੈਡਮੀ ਦਾ 13C ਜਿਹੜਾ ਆਪਾਂ ਔਡਰ ਕੀਤਾ ਸੀ ਐਮਾਜ਼ੋਨ ਤੋਂ, ਜਿਹੜਾ ਬੁੱਧਵਾਰ ਅਸੀਂ ਔਡਰ ਕੀਤਾ ਸੀ ਤਾਂ ਜੋ ਸ਼ੁੱਕਰਵਾਰ ਹੈਗਾ ਉਹ ਸਾਨੂੰ ਮਿਲ ਚੁੱਕਿਆ। 128GB 8GB ਇਹਦੀ ਰੈਮ ਹੈਗੀ ਆ ਅਤੇ 128GB ਇਹਦੀ ਮੈਮਰੀ ਹੈ। ਅਤੇ ਇਹਨੂੰ ਆਪਾਂ ਓਪਨ ਕਰਕੇ ਦੇਖਦੇ ਹਾਂ ਕਿੱਦਾਂ ਦਾ ਹੈਗਾ ਜੀ। ਕਾਫੀ ਵਧੀਆ ਪੈਕਿੰਗ ਹੋਈ ਹੋਈ ਆ, ਪਿੱਛੇ ਵੀ ਇਹਦੇ ਦੇਖੋ ਦਿੱਤਾ ਹੋਇਆ ਹੈਗਾ ਸਾਰਾ। ਬਾਰਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਆਪਾਂ ਕਰਾਂਗੇ ਰੈਡਮੀ 13C ਜਿਹੜਾ ਫੋਨ ਹੈਗਾ ਵਾ ਉਹਨੂੰ ਅਨਬੋਕਸਿੰਗ ਅਤੇ ਕਿਵੇਂ ਦਾ ਬਣਿਆ ਤੁਹਾਨੂੰ ਵਿਖਾਉਂਦੇ ਹਾਂ। ਆ ਜਾਓ ਫਿਰ ਮੇਰੇ ਨਾਲ। ਆਪਣੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਡੱਬਾ ਬੋਕਸ ਜਿਹੜਾ ਵਾ ਉਹ ਓਪਨ ਕੀਤਾ ਅਤੇ ਇਹ ਲਓ ਜੀ ਆਪਾਂ ਕੱਢ ਲਿਆ ਜੀ ਫੋਨ। ਆਪਾਂ ਅਨਬੋਕਸਿੰਗ ਕਰਕੇ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਲੁੱਕ ਕਿਵੇਂ ਦੀ ਹੈ। ਬਹੁਤ ਹੀ ਸੋਹਣੀ ਬਣੀ ਹੋਈ ਇਹਦੀ ਲੁੱਕ ਅਤੇ ਜਿਹੜਾ ਸਾਈਜ਼ ਹੈ ਇਹਦਾ ਉਹ ਵੀ ਕਾਫੀ ਵਧੀਆ। ਇਹ ਜੇ ਹੋ ਗਿਆ ਜੀ ਸਾਡਾ ਫੋਨ, ਇਹਦੇ ਨਾਲ ਹੋਰ ਕੀ ਮਿਲਿਆ ਇਹ ਤੁਹਾਨੂੰ ਦਿਖਾ ਦਿੰਦੇ ਹਾਂ। ਨਾਲ ਵੀ ਮਿਲਿਆ ਸਾਨੂੰ ਚਾਰਜਰ ਜਿਹੜਾ ਆਉਟਪੁੱਟ ਹੈ ਜੀ 5 ਵੋਲਟ ਦੀ ਹੈਗੀ ਹੈ ਅਤੇ 2 ਐਂਪੀਅਰ ਦਾ ਚਾਰਜਰ ਹੈ ਅਤੇ ਇਹਦੇ ਨਾਲ ਹੈਗੀ ਹੈ
ਕੇਬਲ ਜਿਹੜੀ ਕਿ ਟਾਈਪ ਸੀ ਦੇ ਵਿੱਚ ਆਉਂਦੀ। ਹੋਰ ਕੁਛ ਚੈੱਕ ਕਰਦੇ ਹਾਂ, ਹੋਰ ਕੁਛ ਹੈ ਮੇ ਬੀ, ਹੋਰ ਕੁਛ ਨਹੀਂ ਹੈਗਾ ਕੋਈ ਚਾਰਜਰ ਹੀ। ਅਤੇ ਇਹ ਹੈਗਾ ਆ ਜੀ ਫੋਨ, ਫੋਨ ਦੀ ਲੋਕ ਤੁਸੀਂ ਚੈੱਕ ਕਰ ਸਕਦੇ ਹੋ। ਇਹਨੂੰ ਹੁਣ ਆਪਾਂ ਕਰਦੇ ਹਾਂ ਔਨ। ਜੀ ਔਨ ਹੋ ਰਿਹਾ ਹੈ। ਡਿਸਪਲੇ ਜਿਹੜੀ ਇਹਦੀ ਹੈਗੀ ਆ ਉਹ 17.17 ਸੈਂਟੀਮੀਟਰ ਦੀ ਹੈਗੀ ਹੈ, ਜਿਹੜੀ ਕਿ ਡਿਸਪਲੇ 50 ਮੈਗਾਪਿਕਸਲ ਦਾ ਕੈਮਰਾ ਜਿਹੜਾ। ਇਹ ਲਓ ਜੀ ਫੋਨ ਹੋ ਗਿਆ ਔਨ। ਹੁਣ ਇਹਦੀ ਆਈ ਡੀ ਊਡੀ ਬਣਾ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਚਲਾ ਕੇ। ਡਿਸਪਲੇ ਚੈੱਕ ਕਰ ਸਕਦੇ ਹੋ ਕਿਵੇਂ ਦੀ ਹੈਗੀ ਹੈ, ਦੇਖੋ ਗੱਡੀ ਹੁਣ ਚੱਲਣ ਦੇ ਵਿੱਚ ਵੀ ਬੜੀ ਸਮੂਥਲੀ ਹੈਗੀ ਹੈ। ਅਤੇ ਇਹਦਾ ਪ੍ਰਾਈਜ਼ ਹੈਗਾ ਵਾ ਉਹਦੀ ਤੁਹਾਨੂੰ ਦੱਸਾਂਗੇ, ਬਹੁਤ ਹੀ ਫੋਨ ਹੈਗਾ ਵਾ ਅਤੇ ਸਾਈਜ਼ ਵੀ ਦੇਖੋ ਕਿੱਡਾ ਵਧੀਆ ਫੋਨ। ਇਹਦਾ ਜਿਹੜਾ ਪ੍ਰਾਈਜ਼ ਸਾਨੂੰ ਐਮਾਜ਼ੋਨ ਦੇ ਉੱਤੇ ਮਿਲਿਆ ਵਾ ਉਹ ਇਹਦਾ ਰੇਟ ਹੈਗਾ ਜੀ, ਇੱਕ ਮਿੰਟ ਦੱਸਦੇ ਹਾਂ ਤੁਹਾਨੂੰ ਕਿੰਨਾ। ਇਹ ਜਿਹੜਾ ਫੋਨ ਸਾਨੂੰ ਪਿਆ ਵਾ ਇਹ ਪਿਆ ਸਾਨੂੰ 7799 ਰੁਪਏ ਦਾ, ਯਾਨੀ ਕਿ ਲਗਭਗ 7700 ਹੀ ਹੋ ਗਿਆ ਪੂਰਾ। ਅਤੇ ਜਿਹੜਾ ਵਾ ਉਹ ਕੈਮਰਾ ਜਿਹੜਾ ਇਹਦਾ ਹੈਗਾ ਬੈਕ ਕੈਮਰਾ ਉਹ 50 ਮੈਗਾਪਿਕਸਲ ਵਿੱਚ ਦਿੱਤਾ ਹੋਇਆ, ਚੈੱਕ ਵੀ ਕਰ ਲੈਂਦੇ ਹਾਂ ਕਿਵੇਂ ਦਾ। ਪੋਰਟਰੇਟ ਮੋਡ ਵੀ ਹੈਗਾ ਇਹਦੇ ਵਿੱਚ, ਨਾਈਟ ਮੋਡ ਹੈਗਾ 50 ਮੈਗਾਪਿਕਸਲ। ਇਹ ਆਪਣੇ ਫਾਦਰ ਸਾਹਿਬ ਨੂੰ ਗਿਫਟ ਕਰਾਂਗੇ।